किसान वीरो सत श्री अकाल। अज दी वीडियो दे विच आपां गल करांगे नरमे दी खुराक दा प्रबंध आपां किवें कर सकदे आं, न्यूट्रिशन मैनेजमेंट आपां इस टाइम जदों नरमा पूरे आपदे जोबण दे उत्ते है वी नरमा आपदी वधिया ग्रोथ लै रहा है ते फुल गुड्डी चक रहा है ते टिंडे भी बना रहा है ते थलों थलों टिंडे खिड़ भी रहे नरमे दे, तां इस टाइम आपां किहड़ियां स्प्रेहां करिए, क्योंकि आपां तेले वाली सुंडी वाली उह स्प्रेहां तां करी जांदे आ, हुण इहनूं खुराक दी भी पूरी लोड़ है, क्योंकि जे आपां खुराक ना देवांगे तां नरमे च पीलापण आऊगा या इहदे च कमजोरी आऊगी, उहदे करके अपना पूरा फल जिहड़ा उत्ते टिकणा नहीं गा ते उस दा करके आपां नूं नुकसान होऊगा, ड्रोपिंग हुंदी है। तां वीडियो शुरू करदे हां जी। जे तुसीं चैनल नहीं सबसक्राइब कीता तां कृपा करके चैनल नूं सबसक्राइब कर दो, लाल रंग वाला बटन दबा दो। तो किसान भीरों जिमें कि हुण आपां नूं पता है भी अपना नरमा लगभग होया पिया 80 तो 100 दिन दे विचाले या 90-95 दिनां दा, इन्ना नरमा ज़्यादा नरमे इन्नी इस उम्र दे हैगे ते इस उम्र दे नरमे आपदे पूरे जोबण ते इस टाइम, क्योंकि नरमे ग्रोथ भी कर रहे हैं, फुल गुड्डी भी बन रही है नरमिया दे विच ते थले टिंडे भी बना रखे नरमे ने। तो आप जे हुण इस टाइम कल्ली बीमारी वाली स्प्रे ते ध्यान देवांगे तां उहदा बीमारी तां हो सकदा आपां कंट्रोल कर लांगे, ते गल कर आपां वध झाड़ दी जिहड़ी आपां नूं आस हैगी है उह तों किते ना किते आपां पिछे रहि जांगे, क्योंकि इस टाइम इहनूं नरमे नूं खुराक दी भी ज़्यादा लोड़ है, क्योंकि जे खुराक इहदी पूरी होऊगी तां बीमारी घट पैण दे चांस है, क्योंकि तगड़े बंदे नूं बीमारी नहीं पैंदी गी, उही हिसाब फसल दा हुंदा है, जिहड़ी फसल तगड़ी होऊगी उहनूं बीमारी भी नहीं पैणी। ते तां करके आपां किहड़ी स्प्रे करिए, किहड़े फर्टिलाइजर आपां मिला सकदे हैं या उस बारे गल करते हैं। तां जे तुसीं इदों पहलां दलाल घोल दीआं स्प्रेहां करतीआं, जिवें पिछली वीडियो दे विच आपां गल करी सीगी ਵੀ 100 ਲੀਟਰ ਪਾਣੀ 'ਚ 2.5 ਕਿਲੋ DAP 2.5 ਕਿਲੋ ਯੂਰੀਆ ਅਤੇ 100 ਲੀਟਰ ਪਾਣੀ ਦੀ 100 ਗ੍ਰਾਮ 'ਚ ਲਿਟਡ ਜਿੰਕ, ਜੇ ਇਹ ਮਿਲਾ ਕੇ ਆਪਾਂ ਸਪਰੇਅ ਕਰਦੇ ਹਾਂ ਤਾਂ ਓਵਰਆਲ ਗਰੋਥ ਬਹੁਤ ਵਧੀਆ ਹੁੰਦੀ ਹੈ ਨਰਮੇ ਦੀ। ਅਤੇ ਹੁਣ ਜਿਵੇਂ ਕਿ ਫਲ ਦਾ ਪੂਰਾ ਜ਼ੋਰ ਹੈ ਅਤੇ ਆਪਾਂ ਫਲ ਟਿਕਾਉਣਾ ਨਰਮੇ ਦੇ ਉੱਪਰ, ਇੰਨੇ ਟਿੰਡੇ ਲੱਗੇ ਹੋਏ ਆ ਇਹ ਪਾਲਣੇ ਹੈ, ਤਾਂ ਇਹਦੇ ਵਾਸਤੇ ਫਲ ਨੂੰ ਪੱਕਣ ਵਾਸਤੇ ਪੋਟਾਸ਼ ਦੀ ਬਹੁਤ ਲੋੜ ਹੁੰਦੀ ਹੈ, ਤਾਂ ਕਰਕੇ ਹੁਣ ਜਿਹੜੀਆਂ ਆਪਾਂ ਸਪਰੇਹਾਂ ਕਰਨੀਆਂ ਉਹਨਾਂ ਦੇ ਵਿੱਚ ਪੋਟਾਸ਼ ਹੋਣਾ ਜ਼ਰੂਰੀ ਹੈ, ਕਿਉਂਕਿ ਨਰਮੇ ਨੂੰ ਵੈਸੇ ਵੀ ਬਹੁਤ ਮਾਤਰਾ ਦੇ ਵਿੱਚ ਪੋਟਾਸ਼ ਚਾਹੀਦਾ ਹੁੰਦਾ ਹੈ। ਅਤੇ ਇਹਦੇ ਵਿੱਚ ਆਪਾਂ ਹੁਣ ਸਪਰੇਅ, ਪਹਿਲੀ ਸਪਰੇਅ ਜਿਹੜੀ ਹੈ ਆ ਤੁਸੀਂ ਪਹਿਲਾਂ ਕਰ ਚੁੱਕੇ ਹੋ, ਤਾਂ ਹੁਣ ਜਿਹੜੀ ਮੌਕੇ 'ਤੇ ਸਪਰੇਅ ਕਰਨੀ ਹੈ 13045 ਅਤੇ ਜਿੰਕ ਅਤੇ ਬੋਰੋਨ ਦੀ ਸਪਰੇਅ ਆਪਾਂ ਕਰ ਸਕਦੇ ਹਾਂ। 100 ਲੀਟਰ ਪਾਣੀ 'ਚ 1 ਕਿਲੋ 13045, 100 ਗ੍ਰਾਮ 'ਚ ਲਿਟਡ ਜਿੰਕ ਅਤੇ 100 ਗ੍ਰਾਮ ਬੋਰੋਨ ਪਾ ਕੇ ਆਪਾਂ 1 ਬੀਘੇ ਦਾ 100 ਲੀਟਰ ਪਾਣੀ ਲਾਉਣਾ ਅਤੇ ਆਪਾਂ ਸਪਰੇਅ ਕਰਨੀ ਹੈ, ਇਹਦੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ। ਅਤੇ ਆਪਾਂ ਐਵੇਂ ਹੈ ਨਹੀਂ ਗਾ, ਘੱਟ ਪਾਣੀ ਨਾਲ ਜੇ ਸਪਰੇਅ ਕਰਾਂਗੇ ਤਾਂ ਇੰਨਾ ਵਧੀਆ ਰਿਜ਼ਲਟ ਨਹੀਂ ਆਉਣਾ ਗਾ। ਇੱਕ ਜਦੋਂ ਵੀ ਆਪਾਂ ਸਪਰੇਅ ਕਰਨੀ ਹੈ ਨਿਊਟ੍ਰੀਸ਼ਨ ਵਾਲੀ, ਆਪਾਂ ਕੋਸ਼ਿਸ਼ ਕਰਨੀ ਹੈ ਵੀ ਜਮ੍ਹਾਂ ਸ਼ਾਮ ਨੂੰ ਕਰੀਏ ਤਾਂ ਉਹਦੇ ਬਹੁਤ ਵਧੀਆ ਰਿਜ਼ਲਟ ਆਉਂਦੇ ਹੈ। ਅਤੇ ਪਹਿਲੀ ਸਪਰੇਅ ਆਪਣੀ ਆਹ ਹੋ ਗਈ, ਮੰਨ ਲਓ 13045 ਜਿੰਕ ਅਤੇ ਬੋਰੋਨ। ਉਸ ਤੋਂ ਅੱਗੇ ਆਪਾਂ ਹਫ਼ਤੇ ਬਾਅਦ ਜਾਂ 10 ਦਿਨਾਂ ਬਾਅਦ ਇੱਕ ਸਪਰੇਅ ਹੋਰ ਕਰਾਂਗੇ, ਉਹਦੇ ਵਿੱਚ ਆਪਾਂ 13045 1 ਕਿਲੋ 100 ਲੀਟਰ ਪਾਣੀ ਦੀ, 1 ਕਿਲੋ ਮੈਗਨੀਸ਼ੀਅਮ ਸਲਫੇਟ 100 ਲੀਟਰ ਪਾਣੀ ਦਾ ਅਤੇ 100 ਗ੍ਰਾਮ ਆਪਾਂ ਬੋਰੋਨ ਪਾ ਸਕਦੇ ਹਾਂ। ਤਾਂ ਕਰਕੇ ਇਹਦੇ ਨਾਲ ਕੀ ਹੋਊਗਾ, ਇਸ ਵਾਰੀ ਆਪਾਂ ਮੈਗਨੀਸ਼ੀਅਮ ਐਡ ਕਰਤੀ, ਕਿਉਂ ਮੈਗਨੀਸ਼ੀਅਮ ਦਾ ਕੰਮ ਹੁੰਦਾ ਪੱਤਿਆਂ ਵਿੱਚ ਕਲੋਰੋਫਿਲ ਵਧਾਉਣਾ, ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਬੂਟੇ ਦੇ ਵਿੱਚ ਹਰਾਪਣ ਰਹੇ। ਜੇ ਇਸ ਕੰਡੀਸ਼ਨ 'ਤੇ ਆ ਕੇ ਬੂਟਾ ਪੀਲਾ ਹੋ ਗਿਆ, ਪੱਤੇ ਪੀਲੇ ਹੋ ਗਏ, ਤਾਂ ਉਸ ਚੀਜ਼ ਦਾ ਆਪਾਂ ਨੂੰ ਨੁਕਸਾਨ ਹੋਊਗਾ। ਤਾਂ ਮੈਗਨੀਸ਼ੀਅਮ ਦੀ ਘਾਟ ਨਾਲ ਪੱਤੇ ਪੀਲੇ ਵੀ ਹੋ ਜਾਂਦੇ ਆ ਅਤੇ ਪੱਤੇ ਲਾਲ ਜੇ ਆ ਗੁਲਾਬੀ ਜੇ ਵੀ ਹੋ ਜਾਂਦੇ ਆ, ਤਾਂ ਕਰਕੇ ਮੈਗਨੀਸ਼ੀਅਮ ਵੀ ਬਹੁਤ ਜ਼ਰੂਰੀ ਹੈ। ਅਤੇ ਉਸ ਤੋਂ ਹਫ਼ਤਾ ਜਾਂ 10 ਦਿਨ ਬਾਅਦ 'ਚ, ਕਿਉਂਕਿ ਉਦੋਂ ਤਾਂ ਹੀ ਲਗਭਗ 70% ਫਲ ਪੱਕ ਚੁੱਕਿਆ ਹੋਊਗਾ, ਅੱਜ ਤੋਂ 20-15 ਦਿਨ ਬਾਅਦ 'ਚ, ਤਾਂ ਉਦੋਂ ਜਿਹੜੀ ਸਪਰੇਅ ਆਪਾਂ ਕਰਨੀ ਹੈ ਉਹ 0050 ਅਤੇ ਮੈਗਨੀਸ਼ੀਅਮ ਦੀ ਕਰ ਦਾਂਗੇ।
ਉਹਦੇ ਵਿੱਚ ਜਿੰਕ ਆਪਾਂ ਰਲਾ ਸਕਦੇ ਹਾਂ ਚਲੇਟਡ। ਤਾਂ ਜੇ ਆਪਾਂ ਇਹ ਸਪਰੇਆਂ ਕਰ ਲਈਆਂ, ਟਾਈਮ ਟੂ ਟਾਈਮ ਕਰ ਲਈਆਂ, ਜਿੰਨੀ ਇੰਪੋਰਟੈਂਸ ਆਪਾਂ ਦੇਈ ਜਾਂਦੇ ਹਾਂ ਇਨਸੈਕਟੀਸਾਈਡ ਨੂੰ ਜਾਂ ਹੋਰ ਕੋਈ ਸਪਰੇਆਂ ਕਰਦੇ ਹਾਂ ਆਪਾਂ, ਉਨੀ ਹੀ ਇੰਪੋਰਟੈਂਸ ਜੇ ਆਪਾਂ ਇਹਨਾਂ ਸਪਰੇਆਂ ਨੂੰ ਵੀ ਦੇਵਾਂਗੇ ਤਾਂ ਉਸ ਚੀਜ਼ ਦਾ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਆਊਗਾ। ਅਤੇ ਆਪਣਾ ਨਰਮਾ ਜਿਹੜਾ ਸਟ੍ਰੈਸ 'ਚ ਨਹੀਂ ਆਉਂਦਾ ਗਾ, ਕਿਉਂਕਿ ਬਹੁਤ ਜ਼ਿਆਦਾ ਫਲ ਚੱਕ ਰਿਹਾ, ਇਹ ਫਲ ਪਕਾ ਰਿਹਾ ਅਤੇ ਨਵਾਂ ਫਲ ਬਣੀ ਜਾਂਦਾ ਅਤੇ ਨਰਮਾ ਗਰੋਥ ਵੀ ਕਰੀ ਜਾਂਦਾ। ਤਾਂ ਕਰਕੇ ਇਹਨੂੰ ਖੁਰਾਕ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤਾਂ ਇਸ ਕਰਕੇ ਜੇ ਆਪਾਂ ਇੰਨੀ ਖੁਰਾਕ ਦੇ ਦਾਂਗੇ, ਆਪਣੇ ਨਰਮੇ ਦੀ ਕੰਡੀਸ਼ਨ ਵਧੀਆ, ਤਾਂ ਉਹਦੇ ਝਾੜ ਦੇ ਵਿੱਚ ਆਪਾਂ ਨੂੰ ਪੂਰਾ ਹੀ ਫਰਕ ਲੱਗੂਗਾ। ਅਤੇ ਠੀਕ ਹੈ ਕਿਸਾਨ ਵੀਰੋ, ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਅਤੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਅਤੇ ਜੁੜੇ ਰਹੋ ਚੈਨਲ ਦੇ ਨਾਲ। ਧੰਨਵਾਦ।